ਬੀਤੇ ਦਿਨੀ ਆਪਣੀਆਂ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਰਜਿੰਦਰਾ ਹਸਪਤਾਲ ਦੀ ਛੱਤ ਤੇ ਬੈਠੀਆਂ ਨਰਸਾਂ ਵਿੱਚੋਂ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਨੇ ਛੱਤ ਤੋਂ ਛਾਲ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਨਰਸਾਂ ਦੇ ਸੰਘਰਸ਼ ਦਾ ਮਾਮਲਾ ਹੋਰ ਗਰਮਾ ਗਿਆ ਹੈ। ਇਸ ਸੰਬੰਧੀ ਨਰਸਾਂ ਕੋਲ ਦੁੱਖ ਸਾਂਝਾ ਕਰਨ ਪੁੱਜੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡਾ ਮਾਮਲਾ ਵਿਧਾਨ ਸਭਾ ਵਿੱਚ ਜ਼ਰੂਰ ਉਠਾਇਆ ਜਾਵੇਗਾ। ਸ਼ਰਮ ਆਉਣੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ, ਉਹਨਾਂ ਦੇ ਹੈਲਥ ਮਿਨਿਸਟਰ ਨੂੰ, ਪਰਨੀਤ ਕੌਰ ਨੂੰ, ਉਹਨਾਂ ਦੇ ਸ਼ਹਿਰ ਵਿੱਚ ਪਿਛਲੇ 22-23 ਦਿਨ ਦੀਆਂ ਭੈਣਾਂ ਸਾਡੀਆਂ ਕੀ ਮੰਗਦੀਆਂ, ਸਿਰਫ ਆਪਣੀ ਨੌਕਰੀਆਂ ਨੂੰ ਰੈਗੂਲਰਾਈਜ਼ ਕਰਨ ਦਾ ਗੱਲ ਮੰਗਦੀਆਂ। ਔਰ ਆਹ ਜਿਹੜੇ ਮੈਮੋਰੈਂਡਮ ਵਗੈਰਾ, ਇਹ ਪਰਨੀਤ ਕੌਰ ਮਹਾਰਾਣੀ ਇਹਨਾਂ ਦੇ ਨਾਲ ਬੈਠਦੀ ਰਹੀ ਹੈ ਔਰ ਉਹਨਾਂ ਨੂੰ ਵਾਅਦਾ ਕਰਕੇ ਗਈ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ, ਲੇਕਿਨ ਅੱਜ ਮੁਨਕਰ ਹੋ ਗਏ। ਔਰ ਅੱਜ ਦੇ ਯੁੱਗ ਦੇ ਵਿੱਚ 23 ਦਿਨ ਤੋਂ ਸਾਡੀਆਂ ਭੈਣਾਂ ਇੱਥੇ ਉੱਤੇ ਚੜੀਆਂ ਹੋਈਆਂ ਸੀਗੀਆਂ, ਗੜੇ ਉਹਨਾਂ ਨੇ ਝੱਲੇ, ਆਹ ਨੈੱਟ ਲਾਇਆ, ਮੈਨੂੰ ਲੱਗਦਾ ਚਿੜੀ ਵੀ ਨਹੀਂ ਸਾਂਭ ਸਕਦਾ ਇਹ ਨੈੱਟ। ਔਰ ਪੁਲਿਸ ਆਫਿਸਰਸ ਲਾਗੇ ਖੜੇ ਸੀਗੇ, ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿਸੇ ਤਰੀਕੇ ਨਾਲ ਮੋਟੀਵੇਟ ਕਰਕੇ ਇਹਨਾਂ ਨੂੰ ਛਲਾਂਗ ਮਾਰਨ ਤੋਂ ਰੋਕ ਦੇ। ਅਮਰਿੰਦਰ ਸਿੰਘ ਦਾ ਫਰਜ਼ ਸੀਗਾ ਕਿ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣਾਈ ਆ, ਮਜ਼ਲੂਮ ਲੋਕਾਂ ਨੇ, ਗਰੀਬਾਂ ਨੇ, ਕਿਸਾਨਾਂ ਨੇ, ਕਿਰਤੀਆਂ ਨੇ, ਇੰਪਲੋਈਜ਼ ਨੇ, ਤੁਸੀਂ ਉਹਨਾਂ ਦਾ ਪੱਖ ਰੱਖੋ। ਉਹਨਾਂ ਦੇ ਸ਼ਹਿਰ ਵਿੱਚ ਚੂਲੇ ਟੁੱਟਣੇ ਨੇ, ਸੱਟਾਂ ਲੱਗ ਰਹੀਆਂ ਨੇ, ਗੰਭੀਰ ਜ਼ਖਮੀ ਹੋ ਰਹੀਆਂ ਔਰਤਾਂ, ਲੇਕਿਨ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਰਕਾਰ ਤੇ ਉਹਨਾਂ ਦੇ ਪਰਿਵਾਰ ਨੂੰ ਕੋਈ ਚਿੰਤਾ ਨਹੀਂ, ਕੋਈ ਹਾਲ ਵੀ ਨਹੀਂ ਪੁੱਛਣ ਆਇਆ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ ਟੀਵੀ ਕੋ ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।